अक्षय कुमार ते अनुपम खेर दी स्पेशल 26 फिल्म ता सबने वेखी होएगी जिस दे विचों नकली सीबीआई बन के लोकां दे करोड़ां दी लुट करदे ने ओ फिल्म सी पर जेहा बठिंडा दे विच वेखण नूं मिलिया फर्क सिर्फ इना सी कि फिल्म दे विच नकली सीबीआई बन के लोकां दी लुट हुंदी विखाई दित्ती सी पर इत्थे नकली सीबीआई नहीं बल्कि पुलिस मुलाजम बन के लखां दी लुट कीती गई है। ये तस्वीरां वेखो जिस दे विच सारा ड्रामा कैद होया है। दो सख्त पुलिस दी वर्दी दे विच आउंदे ने ते दो सिविल दे विच जो एक निजी होटल दे विच पहुंचदे ने ते उत्थे पहला तो मौजूद दो नौजवान जिन्हां दे नाल एक इमीग्रेशन एजेंट भी सी उसनु डराउंदे ने धमकाउंदे ने और उस तो पहला लुटेरियां ने सीआईए स्टाफ दा माहौल बनाया दरवाजे दे विच खड़े इंतजार कर रहे ने ते फिर अंदर वड़ के 42 लाख दी नकदी दे नाल दोवें नौजवानां नु बाहर लेके आउंदे ने। ਇਹ ਪੈਸਾ ਇਨਾ ਬਾਹਰਲੇ ਮੁਲਕ ਦੇ ਵਿੱਚ ਜਾਣ ਦੇ ਲਈ ਰੱਖਿਆ ਹੋਇਆ ਸੀ। ਦੋਵੇਂ ਨੌਜਵਾਨਾਂ ਨੂੰ ਪੈਸੇ ਦੇ ਨਾਲ ਲੈ ਜਾਂਦੇ ਨੇ। ਪੂਰੀ ਨਕਲੀ ਰੇਡ ਹੋਈ ਰਾਤਮ ਕਾ ਕੇ ਪੂਰਾ ਕੈਸ਼ ਲੁੱਟ ਲਿਆ ਗਿਆ। ਬਾਅਦ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਗੰਗਾ ਨਗਰ ਮੁਕਸਰ ਰੋਡ ਤੇ ਛੱਡ ਦਿੱਤਾ ਗਿਆ ਤੇ ਫਰਾਰ ਹੋ ਗਏ। ਸਵੇਰ ਅਰਲੀ ਮਾਰਨਿੰਗ ਲਗਭਗ 4:58 ਤੇ 4 ਜਾਂ 5 ਵਿਅਕਤੀ ਇਹਨਾਂ ਦੇ ਕਮਰੇ ਦੇ ਵਿੱਚ ਆਏ ਤੇ ਇਹਨਾਂ ਨੂੰ ਪੁਲਿਸ ਵਾਲੇ ਬਣ ਕੇ ਕਿ ਤੁਹਾਡੇ ਕੋਲ ਇੰਨੀ ਰਕਮ ਹੈ ਅਤੇ ਇਸ ਗੱਲ ਦੀ ਅਸੀਂ ਵੈਰੀਫਿਕੇਸ਼ਨ ਕਰਨੀ ਹੈ। ਇਹਨਾਂ ਨੂੰ ਆਪਦੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ। ਰਸਤੇ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਕਰਦੇ ਰਹੇ ਅਤੇ ਇੱਕ ਪੁਆਇੰਟ ਹਾਈਵੇ 'ਤੇ ਜਾ ਕੇ ਇਹਨਾਂ ਦੋਨਾਂ ਨੂੰ ਗੱਡੀ ਤੋਂ ਲਾ ਕੇ ਅਤੇ ਇਹਨਾਂ ਜਿਹੜੇ ਪੈਸੇ ਸੀ ਉਹ ਨਾਲ ਹੀ ਲੈ ਕੇ ਫਰਾਰ ਹੋ ਗਏ। ਸੋ ਇਹ ਇਤਲਾਹ ਸਾਨੂੰ ਜਦੋਂ ਮਿਲੀ ਅਸੀਂ ਮੌਕੇ 'ਤੇ ਗਏ ਹਾਂ ਅਤੇ ਉਹਨਾਂ ਦੀ ਫਿਰ ਪੁੱਛਗਿੱਛ ਕਰਕੇ ਅਸੀਂ ਉਹਦੇ 'ਤੇ ਪਰਚਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕਾ ਵੇਖਦਿਆਂ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਪੂਰੀ ਹੈਰਾਨੀਜਨਕ ਹੈ। ਪੂਰੇ ਫਿਲਮੀ ਸਟਾਈਲ ਦੇ ਵਿੱਚ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਜਿੱਥੇ ਪੂਰੇ ਸ਼ਾਤਿਰ ਨੇ ਉੱਥੇ ਪੂਰੀ ਭੇਤੀ ਵੀ ਜਾਪਦੇ ਨੇ ਕਿਉਂਕਿ ਇੱਕ ਨਿੱਜੀ ਹੋਟਲ ਦੇ ਵਿੱਚ ਕਿਸੇ ਕੋਲ ਲੱਖਾਂ ਦੀ ਨਕਦੀ ਹੈ। ਇਸ ਬਾਰੇ ਜਾਣਕਾਰੀ ਹੋਣਾ ਸਵਾਲ ਖੜ੍ਹੇ ਕਰਦਾ ਹੈ। ਬਠਿੰਡਾ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।